ਅੱਛੀ ਗੱਲ ਸਰਦ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਉਤੇ ਤੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਕਿ ਫੋਨ ਦੀ ਅਨਬਾਕਸਿੰਗ ਦੀ ਕਿਉਂਕਿ ਪਿਛਲੀ ਵਾਰ ਵੀ ਜਦੋਂ ਮੈਂ ਫੋਨ ਬਾਏ ਕੀਤਾ ਸੀ ਤਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਤੁਸੀਂ ਵੀਡੀਓ ਨਹੀਂ ਪਾ ਰਹੇ ਆ ਆ ਫੋਨ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਕਿਉਂ ਚੱਕਦੇ ਹੋ ਨਾਲ ਕਿਉਂਕਿ ਯਾਰ ਸਾਡੇ ਕੋਲ ਮਾਈਕ ਨਹੀਂ ਹੈਗਾ ਅਸੀਂ ਮਾਈਕ ਦੁਆਰਾ ਲੈ ਕੇ ਆਵਾਂਗੇ ਤੇ ਫਿਰ ਤੋਂ ਆਪਾਂ ਵੀਡੀਓ ਦੁਬਾਰਾ ਸੈਟਲ ਕਰਕੇ ਪਾਵਾਂਗੇ ਤਾਂ ਕਰਕੇ ਮੈਂ ਯੂਜ਼ ਕਰਦਾ ਕਿ ਆਵਾਜ਼ ਜਿਹੜੀ ਸਾਡੀ ਕਲੀਅਰ ਆਵੇ ਤੇ ਅੱਜ ਅਸੀਂ ਫੋਨ ਅਨਬਾਕਸ ਕਰ ਰਹੇ ਆ 15 Pro Max ਜਿਹੜਾ ਅੱਜ ਹੀ ਲੈ ਕੇ ਆਏ ਆ ਪਹਿਲਾਂ 14 Pro Max ਸੀਗਾ ਮੇਰੇ unbox ਦੀ ਵੀਡੀਓ ਨਹੀਂ ਪਾਈ ਸੀ ਤੇ ਇਹ ਮੈਂ ਵੀਡੀਓ ਵੈਸੇ ਹੀ ਪਾ ਰਿਹਾ ਕਿ ਹਾਂ ਵੀ ਕਿਵੇਂ ਦਾ ਫੋਨ ਆ ਕਿ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਤੇ ਬੈਨੀਫਿਟ ਵੀ ਦੱਸੂਗਾ ਕਿ ਹੈਗੇ ਆ ਕਿ ਨਹੀਂ ਤੇ ਆਪਾਂ ਚਲੋ ਜੀ unbox ਕਰਦੇ ਆ 15 pro max black color ਦੇ ਵਿੱਚ ਆਇਆ ਹੈ ਤੇ ਇਹਦੀ unboxing ਦੀ ਵੀਡੀਓ ਪਾਈ ਜਾ ਰਹੀ ਆ ਚਲੋ ਦੇਖਦੇ ਆ ਵਾਕਿ ਬਾਕੀ ਮੈਂ ਤਾਂ ਕਹਿੰਦਾ ਇਹਦੇ ਵਿੱਚ ਤਿੰਨ ਕਲਰ ਆਏ ਨੇ black blue ਤੇ ਆਈ ਥਿੰਕ ਸੋ ਮੇਰੇ ਹਿਸਾਬ ਨਾਲ ਤਾਂ ਜੇ ਤੁਸੀਂ ਆਪ ਮੁੰਡੇ ਪ੍ਰੇਫਰ ਕਰ ਰਹੇ ਹੋ ਤਾਂ black color ਬੈਸਟ ਆ ਜੇਕਰ ਕੁੜੀਆਂ ਨੇ ਲੈਣਾ ਤਾਂ ਬਲੂ ਕਲਰ ਵਗੈਰਾ ਵੀ ਬੈਸਟ ਆ ਤੇ ਆਪ ਦੇਖ ਸਕਦੇ ਹੋ ਤੁਸੀਂ ਉਹ ਬਲੈਕ ਕਲਰ ਦਾ ਫੋਨ ਆ ਇਹਦੇ ਵਿੱਚ ਮੈਂ ਦੇਖ ਸਕਦਾ ਕਿ ਕੋਈ ਡਿਫਰੈਂਸ ਨਹੀਂ ਹੈਗਾ ਕਿ ਆਪਾਂ ਦੇਖ ਸਕਦੇ ਜਿਹਦੇ ਕੋ 14 Pro Max ਆ ਉਹਨੂੰ 15 ਲੈਣ ਦਾ ਕੋਈ ਫਾਇਦਾ ਨਹੀਂ ਬਸ ਇਹ ਆ ਕਿ ਟਾਈਟੇਨੀਅਮ ਦੇ ਵਿੱਚ ਇਹ ਫੋਨ ਆ ਚੁੱਕਾ ਆ ਤੇ ਬਸ ਇਹਦਾ ਇੱਕ ਆ ਵਾਲਾ ਬਟਨ ਆ ਜੋ ਉਹ ਅਲੱਗ ਤੋਂ ਇਹਨਾਂ ਨੇ ਮੋਡੀਫਾਈ ਕੀਤਾ ਆ ਦੈਟਸ ਇਟ ਬਾਕੀ एवरीथिंग ਸੇਮ ਆ ਇਹਦੇ ਵਿੱਚ ਠੀਕ ਆ ਤੇ ਵਿੱਚ ਸਾਡੇ ਸੇਮ ਹੀ ਆਂਦਾ ਆ ਲਾਈਟਨਿੰਗ ਕੇਬਲ ਆਂਦੀ ਆ ਸੇਮੀ ਜਿਵੇਂ ਪੁਰਾਣੇ ਵਾਲੇ ਬਾਕਸ ਵਿੱਚ ਆਂਦਾ ਸੀ ਠੀਕ ਆ ਤੇ ਹੁਣ ਮੈਂ ਤਾਂ ਇਹੀ ਕਹੂੰਗਾ ਕਿ ਜਿਨਾਂ ਕੋ 14 Pro Max ਆ ਉਹਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਤੇ ਆਪਾਂ ਇਹਨੂੰ ਆਨ ਕਰਾਂਗੇ ਹੁਣ ਆਨ ਕਰਕੇ ਸਾਰਾ ਕੁਝ ਤੁਕਾਵਾਂਗੇ ਕਿ ਇਹਦੇ ਵਿੱਚ ਕੀ ਕੀ ਡਿਫਰੈਂਸ ਆ ਕੈਮਰਾ ਕੁਆਲਿਟੀ ਕੀ ਆ ਕਿੱਦਾਂ ਆ ਕੀ ਕੀ ਨਹੀਂ ਹੈਗਾ ਇਹਦੇ ਵਿੱਚ ਤੇ ਇਹ ਥੋੜਾ ਟਾਈਮ ਲੱਗੂਗਾ ਥੋੜੀ ਦੇਰ ਆਉਣ ਵਾ ਲੈਣਦੇ ਨੇ ਇਹਨੂੰ ਪਾਜ਼ ਕਰਦੇ ਸਿਰਾਂ ਨੂੰ ਵੀਡੀਓ ਨੂੰ ਫੋਨ ਆਪਣਾ ਸਟਾਰਟ ਕਰ ਦਿੱਤਾ ਗਿਆ ਇਹਦੇ ਵਿੱਚ ਹੁਣ ਤੁਹਾਨੂੰ ਦੱਸਦਾ ਕਿ ਡਿਫਰੈਂਸ ਕੀ ਆ ਇੱਕ ਤਾਂ ਇਹ ਆਪਣੇ 14 Pro Max ਨਾਲੋਂ ਕੀ ਆ ਲਾਈਟ ਵੇਟ ਆ ਠੀਕ ਆ ਦੂਜਾ ਇਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਚੇਂਜ ਕੀਤੀ ਆ ਆਪਣੀ ਕੇਬਲ ਜੋ ਕਿ ਸੀ ਟਾਈਪ ਕੇਬਲ ਹੀ ਚਾਰਜਿੰਗ ਆ ਜੋ ਮਿਲਗੀ ਚਾਰਜਿੰਗ ਪੁਆਇੰਟ ਆ ਪਰ ਇਹਦੇ ਵਿੱਚ ਵੀ ਸੀ ਟਾਈਪ ਹੀ ਲੱਗਦਾ ਆ ਸਾਡੇ ਕੋਲ ਨਾਰਮਲ ਆਪਾਂ ਫੋਨ ਨੂੰ ਚਾਰਜ ਨਹੀਂ ਕਰ ਸਕਦੇ ਦੋਨੋਂ ਸਾਈਡ ਤੋਂ ਤੁਹਾਨੂੰ ਸੀ ਟਾਈਪ ਪੋਰਟ ਮਿਲੂਗੇ ਤੇ ਕੇਬਲ ਬੈਟਰ ਕੁਆਲਿਟੀ ਦੀ ਕਰ ਦਿੱਤੀ ਆ ਹਾਂ ਅੱਗੇ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਬੈਟਰ ਆ ਪਰ ਹਾਂ ਇਹਦਾ ਜਿਹੜਾ ਪ੍ਰਾਈਸ ਆ ਆਲਮੋਸਟ ਸੇਮ ਆ ਜੋ 14 Pro Max ਦਾ ਆ ਉਹੀ ਇਹਦਾ ਪ੍ਰਾਈਸ ਆ ਆਈ ਥਿੰਕ ਸੋ 14 Pro Max ਉਹਨਾਂ ਨੇ ਆਲਮੋਸਟ ਬੰਦ ਕਰ ਦੇਣੇ ਆ ਬਾਕੀ ਕੈਮਰਾ ਕੁਆਲਿਟੀ ਨੂੰ ਜੇ ਮੈਂ ਦੇਖਿਆ ਜਾਵੇ ਤੀ ਠੀਕ ਆ ਦੋਨਾਂ ਦੀ ਸੇਮ ਆ ਬਸ ਇਹਦੇ ਵਿੱਚ ਚੁਣਾਣੇ ਕੀ ਕੀਤਾ ਆ 25 ਤੱਕ ਇਹਦਾ ਜ਼ੂਮ ਕਰ ਦਿੱਤਾ ਗਿਆ ਭਾਈ ਆਪਾਂ ਨੂੰ ਜ਼ੂਮ ਕਰਦੇ ਬਸ ਆਹੀ ਇੱਕ ਫੀਚਰ ਉਹਨਾਂ ਨੇ ਐਡ ਕੀਤਾ ਆ ਤੇ ਬਾਕੀ ਤਾਂ ਇੰਨਾ ਕੁਝ ਖਾਸ ਲੱਗਿਆ ਨਹੀਂ ਮੈਨੂੰ ਕਿ ਹਾਂ ਕਿ ਇਹ ਫੋਨ ਤੁਹਾਨੂੰ ਲੈਣਾ ਚਾਹੀਦਾ ਜੇ ਤੁਹਾਡੇ ਕੋਲ 14 Pro Max ਆ ਕਿ ਤੁਹਾਨੂੰ 15 ਤੇ ਆਣਾ ਚਾਹੀਦਾ ਆ ਬਾਕੀ ਹਾਂ ਤੁਹਾਡੇ ਕੋਲ ਪੈਸੇ ਵਗੈਰਾ ਜ਼ਿਆਦਾ ਨੇ ਤੁਸੀਂ ਆ ਸਕਦੇ ਹੋ 15 Pro Max ਤੇ ਵੀ ਠੀਕ ਆ ਪਰ ਮੇਰੇ ਹਿਸਾਬ ਨਾਲ ਤਾਂ 14 Pro Max ਵਾਲੇ 14 Pro Max ਤੱਕ ਹੀ ਰਹਿਣ ਤੇ ਬਾਕੀ ਤਾਂ एवरीथिंग ਗੁੱਡ ਆ ਹਾਂ ਬਾਕੀ ਇਹ ਆ ਕਿ ਇਹਦੇ ਵਿੱਚ ਪ੍ਰੋਸੈਸਰ ਥੋੜਾ ਉਹਨਾਂ ਨੇ ਬੜਾ ਪਾਇਆ ਹੈ ਕਿ ਹਾਂ ਇਹਦੀ ਪ੍ਰੋਸੈਸਿੰਗ ਟਾਈਮ ਥੋੜੀ ਬੈਟਰ ਆ ਐਜ਼ ਕੰਪੇਅਰ ਟੂ 14 Pro Max ਤੇ ਬਾਕੀ ਮਾਡਲ ਨੇਮ एवरीथिंग ਇਜ਼ ਗੁੱਡ ਸੋ ਇਹੀ ਸੀ ਕਿ ਸਾਡੀ ਅਨਬਾਕਸਿੰਗ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਅੱਜ ਦਿਖਾਣੀ ਸੀ ਹਾਂ ਬਾਕੀ ਇਹਨਾਂ ਨੇ ਸਾਨੂੰ ਨਾਲ ਕੀ ਕੀ ਦਿੱਤਾ ਹੈ ਇੱਕ ਏਅਰਫੋਨ ਜੋ ਕਿ ਸਾਡੇ Apple ਦੇ ਨਵੇਂ ਆ ਉਹ ਫ੍ਰੀ ਦਿੱਤੇ ਆ ਇੱਕ ਕਾਰ ਚਾਰਜਰ ਜੋ ਫ੍ਰੀ ਮਿਲਿਆ ਨਾਲ ਤੇ ਬਾਕੀ ਐਡੈਪਟਰ ਸਾਨੂੰ ਖੁਦ ਖਰੀਦਣਾ ਪਊਗਾ ਕਿਉਂਕਿ ਮੇਰੇ ਕੋ 14 Pro Max ਦਾ ਹੈਗਾ ਤਾਂ ਮੈਂ ਯੂਜ਼ ਨਹੀਂ ਕਰੂੰਗਾ ਤੇ ਐਡੈਪਟਰ ਤੋਂ ਇਲਾਵਾ ਸਾਨੂੰ ਲੈਣਾ ਪਊਗਾ ਇਹਦੇ ਨਾਲ ਆਪਣਾ ਕਵਰ ਤੇ ਦਾ ਸਕਰੀਨ ਗਾਰਡ ਵਗੈਰਾ ਸਭ ਕੁਝ ਹੀ ਆਪ ਲੈਣਾ ਪਊਗਾ ਹੁਣ ਨੈਕਸਟ ਈਅਰ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਸਾਨੂੰ ਕੇਬਲ ਵੀ ਨਹੀਂ ਦੇਣੀ ਠੀਕ ਹੈ ਤੋਂ ਇਹੀ ਸੀ ਇੱਕ ਛੋਟੀ ਜਿਹੀ ਵੀਡੀਓ ਸੀ ਜਿਹੜੀ ਆਪਾਂ ਰਿਕਾਰਡ ਕੀਤੀ ਆ ਆਈ ਥਿੰਕ ਯੂ ਲਾਈਕ ਕਰੋਗੇ ਤੋਂ ਪਲੀਜ਼ ਲਾਈਕ ਸਬਸਕ੍ਰਾਈਬ ਤੇ ਹੋਰ ਵੀ ਸਾਡੀ ਆਇਲਸ ਰਿਗਾਰਡਿੰਗ ਵੀਡੀਓਜ਼ ਆ ਰਹੀਆਂ ਆ ਉਹਨਾਂ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਤੇ ਲਾਈਕ ਕਰਦੇ ਹੋ ਸ਼ੇਅਰ ਤੇਕਨੇ ਮੈਨੂੰ ਕਮੈਂਟ ਕੀਤਾ ਸੀ ਕਿ ਯਾਰ ਇੱਕ ਟਰਕਿੰਗ ਦੇ ਲਾਇਸੈਂਸ ਉੱਤੇ ਵੀ ਵੀਡੀਓ ਬਣਾਓ ਉਹ ਵੀ ਵੀਡੀਓ ਬਹੁਤ ਜਲਦੀ ਲੈ ਕੇ ਆ ਰਿਆਂ ਥੋੜਾ ਕੰਮ ਵਿੱਚ ਬੀਜ਼ੀ ਇਸ ਕਰਕੇ ਵੀਡੀਓ ਬਹੁਤ ਜ਼ਿਆਦਾ ਘੱਟ ਆ ਰਹੀਆਂ ਪਰ ਸਲੋਲੀ ਸਲੋਲੀ ਆਪਾਂ ਵੀਡੀਓ ਜ਼ਿਆਦਾ ਪਾਵਾਂਗੇ ਤੇ ਚਲੋ ਮਿਲਦੇ ਆ ਗਾਇਜ਼ ਨੈਕਸਟ ਵੀਡੀਓ ਤਦ ਤੱਕ ਲਈ ਸਸੇਕਾ ਸੀ ਯੂ ਗਾਇਜ਼ ਪੀਸ